लग तो गया भोरा क टाइम रेटिंग नू, पर जिन्नी रूह ना बाई हुणा ने जानवर पाले आ ना उन्नी रूह लाती मैं भी। आ जाओ विखा दें तुहानू एक एक करके सारे। पहला झलकां जिहा वेख लो, आ बछेरी है जिहड़ी ये अठां क दिनां दी बछेरी है। जिद्दे वीडियो बनाई है उद्दे अठां दिनां दी सी, अज दसां दी हो गई। हूँ दो क दिन हो गए मैनूं वीडियो बना के आए नूं। तो इदों अगे आ जिहड़ा बछेरा है ये इहदा सका भरा है इसे बछेरी का। इन्हां दी मां ना जिहड़ी ये दोनों बच्चों की आ साल का बछेरा, इन्हां दी मां ना जिहड़ी दोनों बच्चों की भी ओ ना रेल गड्डी दे डब्बे जिड्डी आ। पंजाब दे विच बिरलियां घोड़ियां होणगियां होणगियां जरूर, बड़े पारखू निरखू बंदे परे तो परे बैठे आ जिहड़े चंगे चंगे जानवर पालदे आ होणगियां, पर इहदी मां जिड्डियां घोड़ियां होणगियां बिरलियां। आ बछेरा बहुत सोहना है, एक साल का बछेरा है, स्पॉटलैस बछेरा, बिल्कुल एक शवका भी काला है नहीं, कन्न कुन बड़ा सोहना इहदा बच्चे का। आ जो आ अगला बछेरा ये मिंटू रोडे वाले घोड़े का बच्चा है। बाई हुणी दस दिया पहला पिंडे ते फुलकारी बहुत ज़्यादा सी, हुण चक गया बिल्कुल साफ हो गया। आ ये बच्चों की माँ, फिलहाल तुहानू थोड़ियां झलकां मिलणगियां, अगे वीडियो दे विच तुहानू पूरी घोड़ी दिखाउंदे आ ते करदे आ बाई हुणा नाल गलबात। लो जी प्यारे दोस्तों, तुहानू मैं पहला दस ही चुक्या वीडियो दे शुरू दे विच कि मैं पिंड राउके कलां, बिल्कुल मेरे पिंड दे नाल ही पिंड आ लोपो दे, उत्थे खड़ा। बाई जी तुहाडा नाम की आ? कलविंदर सिंह। कलविंदर सिंह घर खड़ा मैं बाई कलविंदर दे कोल। इन्हां कोले आपां एवें कह सकदे हां कि पंजाब दी आला ब्रीड, पंजाब दे आला किस्म दे, चंगी किस्म दे, जां आपां कह दईए कि टॉप दी क्वालिटी दे जानवर आ। बाई जी उहनां नाल गलबात करदे हां कि कदों तों शौक पालिया ते ये कलैक्शन आ जिहड़ी कीती आ बाई जी उहनां ने कित्थों कीती आ जां किवें कीती आ, बाई जी उहनां नाल गलबात करदे हां। ਬਾਈ ਕੁਲਵਿੰਦਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ, ਤੁਹਾਡਾ ਆਉਣ 'ਤੇ ਬਹੁਤ ਧੰਨਵਾਦ ਜੀ। ਬਾਈ ਕੁਲਵਿੰਦਰ ਸਾਰਿਆਂ ਨੂੰ ਪਹਿਲਾਂ ਨਾ ਮੈਨੂੰ ਇਹ ਗੱਲ ਦੱਸ ਕਿ ਜਿਹੜੀ ਮੈਂ ਕੁਆਲਿਟੀ ਦੇਖੀ ਆ ਨਾ ਘਰੇ, ਹਾਂਜੀ ਹਾਂਜੀ, ਇਹ ਕੁਆਲਿਟੀ ਦਿਨਾਂ 'ਚ ਮਹੀਨਿਆਂ 'ਚ ਸਾਲਾਂ 'ਚ ਨਹੀਂ ਆਉਂਦੀ। ਹਾਂਜੀ ਹਾਂਜੀ, ਇਹ ਦਹਾਕਿਆਂ 'ਚ ਆਉਂਦੀ ਆ, ਜੋ ਜਿੰਨਾ ਕੁ ਮੈਨੂੰ ਅਨੁਭਵ ਆ। ਹਾਂਜੀ ਹਾਂਜੀ। ਕਿੰਨਾ ਚਿਰ ਹੋ ਗਿਆ ਜਾਨਵਰ ਰੱਖਦਿਆਂ ਨੂੰ? ਇਹ ਜਾਨਵਰ ਨੂੰ ਜੀ 5 ਸਾਲ ਹੋ ਗਏ ਲਏ ਨੂੰ ਜੀ। ਠੀਕ ਆ। ਹਾਂਜੀ। ਨਹੀਂ ਉਹ ਟੋਟਲ ਪਹਿਲਾਂ ਤੋਂ ਘੋੜੇ ਪਾਲਦਿਆਂ ਨੂੰ ਕਿੰਨਾ ਟਾਈਮ? 1992 ਦੇ ਲੱਗਿਆ ਜੀ ਪਾਲਣ। 92 ਦੇ? ਮੈਂ ਉਹੀ ਕਹਿਣਾ ਕਿ ਕਈ ਦਹਾਕਿਆਂ 'ਚ ਆਉਂਦੀ ਆ, ਵੀ ਮਤਲਬ 20-30-40 ਸਾਲ ਦੇ ਵਿੱਚ ਜਾ ਕੇ ਤਜਰਬਿਆਂ 'ਚੋਂ ਆਉਂਦੀ ਆ। ਹਾਂਜੀ ਹਾਂਜੀ, ਹੋ ਗਏ 20 ਸਾਲ ਜੀ। ਹਾਂ, ਜਿਵੇਂ ਹੁਣ ਮੈਂ ਆਪਦੀ ਗੱਲ ਕਰਾਂ ਤਾਂ ਮੈਨੂੰ 2-2.5 ਸਾਲ ਹੋਇਆ ਜਾਨਵਰ ਰੱਖਦੇ ਨੂੰ। ਹਾਂਜੀ। ਅਤੇ ਵੀ ਜੇ ਆਲਾ ਕਿਸਮ ਦਾ ਜਾਨਵਰ ਆ ਉਹ ਤਾਂ ਫਿਰ ਬੰਦੇ ਕੋਲ 20-30 ਸਾਲ ਦੇ ਵਿੱਚ ਹੌਲੀ ਹੌਲੀ ਤਜਰਬਿਆਂ ਤੋਂ ਬਾਅਦ ਪਹੁੰਚ। ਹਾਂਜੀ, ਅੱਧੀ ਉਮਰ ਹੀ ਲੰਘ ਜਾਂਦੀ ਹੈ ਜੀ। ਹਾਂ। ਅੱਛਾ ਬਾਈ, 92 ਤੋਂ ਜਾਨਵਰ ਪਾਲ ਰਹੇ ਆ? ਹਾਂਜੀ ਹਾਂਜੀ। ਪਹਿਲਾਂ ਬਾਪੂ ਜੀ ਹੁਣੀ ਰੱਖਦੇ ਸੀ? ਹਾਂਜੀ ਹਾਂਜੀ। ਅਤੇ ਫਿਰ ਉਸ ਤੋਂ ਬਾਅਦ ਬਾਈ ਕੋਈ ਸਮਾਂ ਐਂ ਵੀ ਆਇਆ ਵੀ ਇਦੋਂ ਵੀ ਜ਼ਿਆਦਾ ਰੱਖੇ ਹੁਣ ਜਾਨਵਰ ਪਹਿਲੀਆਂ 'ਚ? ਨਹੀਂ ਜੀ, ਬਸ ਇਦੋਂ ਘੱਟ ਹੀ ਹੁੰਦੇ ਸੀ ਪਹਿਲੀਆਂ 'ਚ, ਹੁਣ ਹੀ ਜ਼ਿਆਦੇ ਆ। ਅੱਛਾ, ਹੁਣ ਜ਼ਿਆਦੇ ਆ ਵੀ ਮਤਲਬ ਜਿਹੜੇ 4-5 ਹੈਗੇ ਆ ਹੁਣ ਤੁਸੀਂ ਸਮਝਦੇ ਆ ਵੀ ਇਹ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਜਾਨਵਰ ਇਹ? ਹਾਂਜੀ ਹਾਂਜੀ। ਠੀਕ ਹੈ ਬਾਈ, ਠੀਕ ਆ ਬਾਈ। ਕੰਮ ਜ਼ਿਆਦਾ ਨੁਕਰੇ ਦਾ ਹੀ ਕਰਦੇ ਆ, ਹੈ ਨਾ? ਹਾਂਜੀ, ਵਧੀਆ ਲੱਗਿਆ ਜੀ ਸਾਨੂੰ ਨੁਕਰੇ ਦਾ ਕੰਮ, ਠੀਕ ਆ। ਘੋੜੀ ਸਲੱਗ ਮਿਲ ਗਈ ਸੀ ਜੀ, ਵਧੀਆ। ਠੀਕ ਆ। ਹੁਣ ਆਪਾਂ ਇਹ ਘੋੜੀ ਦੀ ਗੱਲ ਕਰਦੇ ਹਾਂ ਬਾਈ, ਘੋੜੀ ਨਾ ਜੇ ਆਪਾਂ ਨਾ ਕਹਿੰਦੇ ਘੋੜੀ ਆ ਤਾਂ ਫਿਰ ਮੇਰੇ ਹਿਸਾਬ ਨਾਲ ਤਾਂ ਲੋਕਾਂ ਨੇ ਥੱਲੇ ਕਮੈਂਟ ਕਰੀ ਜਾਣੇ ਮੀਟਿੰਗ ਫੀਸ ਕਿੰਨੀ ਆ, ਵੀ ਮਤਲਬ ਘੋੜਾ ਹੀ ਲੱਗਦੀ ਸੀ। ਹਾਂਜੀ ਹਾਂਜੀ ਹਾਂਜੀ। ਇਹ ਬਾਈ ਕਿੱਥੋਂ ਲਿਆਂਦੀ? ਇਹ ਜੀ ਬਾਪੂ ਰਾਜ ਕੋਲੋਂ ਲੈ ਕੇ ਆਉਂਦੀ ਸੀ ਜੀ। ਉਹ ਬਾਪੂ ਰਾਜ ਰਾਜਿਆਂ ਵਾਲਾ? ਹਾਂਜੀ ਹਾਂਜੀ। ਉਹਦਾ ਭਰਾ ਬਾਹਰ ਅਮਰੀਕਾ 'ਚ ਉੱਠ ਗਿਆ ਸੀ ਜੀ। ਜੀ। ਉਹਨਾਂ ਨੇ ਫਿਰ ਕੰਮ ਛੱਡਤਾ ਸੀ, ਉਹਨਾਂ ਨੇ ਘੋੜੀ ਸਾਨੂੰ ਦਿੱਤੀ ਸੀ। ਕਿਆ ਬਾਤ ਆ, ਕਿਆ ਬਾਤ ਆ ਬਾਈ। ਕਿੰਨਾ ਟਾਈਮ ਹੋ ਗਿਆ, ਉਹ ਕਿੰਨੀ ਉਮਰ ਹੋ ਗਈ ਇਹਦੀ? ਇਹਦੀ ਉਮਰ ਹੋ ਗਈ ਹੋ ਜੀ 10 ਸਾਲ ਜੀ ਘੋੜੀ। ਅੱਛਾ, 10 ਸਾਲ ਦੀ ਹੋ ਗਈ ਆ। ਅਤੇ ਤੁਹਾਡੇ ਕੋਲ ਆ ਕਿੰਨੇ ਚਿਰ ਹੋ ਗਿਆ ਇਹਨੂੰ? ਸਾਡੇ ਕੋਲ ਹੋ ਗਏ ਜੀ 5 ਸਾਲ ਆ ਜੀ। ਤੁਹਾਡੇ ਕੋਲ 5 ਸਾਲ ਹੋ ਗਏ? ਹਾਂਜੀ। 5 ਸਾਲਾਂ ਦੇ ਵਿੱਚ ਕਿੰਨੇ ਬੱਚੇ ਦਿੱਤੇ ਨੇ? 3 ਬੱਚੇ ਦਿੱਤੇ ਜੀ। 3 ਬੱਚੇ ਦਿੱਤੇ? ਹਾਂਜੀ।
ਅੱਛਾ ਬਾਈ ਤੇ ਕਿਵੇਂ ਬਾਈ ਚੰਗੇ ਵੱਡੇ ਕੱਦ ਵਾਲੇ ਬੱਚੇ ਖੁੱਲੇ ਬੱਚੇ ਦਿੰਦੇ ਹਾਂ ਜੀ ਬਹੁਤ ਵਧੀਆ ਜੀ ਘੋੜੀ ਤੋਂ ਪਤਾ ਲੱਗਦਾ ਜੀ ਹਾਂ ਵੀ ਘੋੜੀ ਤੋਂ ਤਾਂ ਪਤਾ ਲੱਗਦਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਜਿੰਨੀ ਉੱਚੀ ਆ ਤੇ ਉਨੀ ਹੀ ਲੰਬੀ ਆ ਪਿੱਛੇ ਨੂੰ ਉਨਾ ਹੀ ਖੁੱਲਾ ਪੇਟ ਆ ਹਾਂਜੀ ਆਮ ਵੇਖ ਕੇ ਵਾਲਾ ਘੋੜਾ ਹੀ ਕਹਿ ਦਿੰਦਾ ਜੀ ਜਦੋਂ ਸੂਣ ਵਾਲੀ ਹੋਵੇ ਬੱਚਾ ਨਾ ਹੋਵੇ ਮਗਰ ਕੋਈ ਸ਼ੱਕ ਵਾਲੀ ਗੱਲ ਨਹੀਂ ਘੋੜਾ ਹੀ ਲੱਗਦੀ ਹੈ ਹਾਂਜੀ ਤੇ ਬਾਈ ਕਿੰਨਾ ਕੱਦ ਆ ਇਹਦਾ ਇਹਦਾ 64 ਇੰਚ ਹੋ ਜੀ ਕੱਦ ਮਿਣਾ ਤਾਂ ਹੈ ਨਹੀਂ ਵੈਸੇ 64 ਲੱਗਦਾ ਹੀ ਆ ਜੀ ਹੈਗਾ ਮੈਂ ਵੇਖਿਆ ਸਵਾਰੀ ਤੇ ਵੀ ਬੜਾ ਚੰਗਾ ਸਵਾਦ ਦਿੰਦੀ ਹੈ ਹਾਂਜੀ ਹਾਂਜੀ ਤੇ ਮੇਰੇ ਹਿਸਾਬ ਨਾਲ ਹੁਣ ਤਾਂ ਤੁਸੀਂ ਸਵਾਰੀ ਕਰਦੇ ਨਹੀਂ ਹੋਵੋਗੇ ਸੂਣ ਵਾਲੀ ਸੀ ਕਰਕੇ ਹਾਂਜੀ ਹਾਂਜੀ ਤੇ ਬਾਕੀ ਯਾਰ ਪਿੰਡਾਂ ਦੇ ਵਿੱਚ ਹੁਣ ਕੱਚੇ ਕੁੱਚੇ ਰਾਹ ਵੀ ਘਟ ਗਏ ਹਾਂਜੀ ਹਾਂਜੀ ਆ ਸੜਕ ਬਣ ਗਈ ਜਿਹਦੇ ਨਾਲ ਤਾਂ ਜ਼ਿਆਦਾ ਔਖਾ ਹੋ ਗਿਆ ਤੇ ਬਾਈ ਜਿਹੜਾ ਇਹਦਾ ਬੱਚਾ ਉਹ ਜਿਹੜਾ ਬਸ਼ੇਰਾ ਖੜਾ ਹੈ ਉਹ ਇਹਦਾ ਬੱਚਾ ਹਾਂਜੀ ਇਹਦਾ ਬੱਚਾ ਜੀ ਉਹ ਕਿੰਨੇ ਚਿਰ ਦਾ ਹੋ ਗਿਆ ਉਹ ਜੀ ਸਾਲ ਦਾ ਹੋਣ ਵਾਲਾ ਹੀ ਆ 10 ਦਿਨ ਰਹਿ ਗਏ ਸਾਲ ਦੇ ਹੁਣ ਮਤਲਬ ਇਹਦੇ ਪਿਛਲੇ ਸੂਏ ਪਿਛਲੇ ਸੂਏ ਦਾ ਜੀ ਹਾਂਜੀ ਤੇ ਜਿਹੜਾ ਆ ਬੱਚਾ ਹੈ ਇਹਦੇ ਮਗਰ ਹਾਂਜੀ ਇਹ ਹੁਣ 10 ਦਿਨਾਂ ਕੋਈ ਸੂਏ ਨੂੰ ਜੀ ਇਹ ਪੱਤੋ ਵਾਲੇ ਮੇਲੇ ਵਾਲੇ ਘੋੜੇ ਦਾ ਜੀ ਇਹ ਮੇਲੇ ਵਾਲੇ ਘੋੜੇ ਦੀ ਬਸ਼ੇਰੀ ਆ ਹਾਂਜੀ ਬਸ਼ੇਰੀ ਆ ਜੀ ਉਹ ਬਸ਼ੇਰਾ ਕਿਹੜੇ ਘੋੜੇ ਦਾ ਉਹ ਜੀ ਗਵਿੰਦਪੁਰੇ ਵਾਲੇ ਬੂਟੇ ਵਾਲੇ ਘੋੜੇ ਦਾ ਗਵਿੰਦਪੁਰੇ ਵਾਲੇ ਬੂਟੇ ਵਾਲੇ ਘੋੜੇ ਦਾ ਠੀਕ ਹੈ ਜੀ ਠੀਕ ਆ ਉਹ ਸਾਲ ਦਾ ਹਜੇ ਹੁਣ ਚ ਟਾਈਮ ਰਹਿੰਦਾ ਹਾਂਜੀ ਹਾਂਜੀ ਰਹਿੰਦਾ ਬਾਈ ਸਰੀਰਕ ਬਣਤਰਾਂ ਬੜੀਆਂ ਸੋਹਣੀਆਂ ਬਾਈ ਉਹਦੀਆਂ ਯਾਰ ਕਮਾਲ ਆ ਉਹਦਾ ਸਰੀਰ ਪਿੱਠ ਪੁੜਾ ਬੜਾ ਕਮਾਲ ਆ ਹਨਾ ਹਾਂਜੀ ਹਾਂਜੀ ਕਿਉਂ ਜੀ ਘੋੜੀ ਵੀ ਚੰਗੀ ਹੈ ਤੇ ਘੋੜਾ ਵੀ ਬਹੁਤ ਚੰਗਾ ਜੀ ਘੋੜਾ ਵੀ ਚੰਗਾ ਹੈ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਜਿੱਡੀ ਘੋੜੀ ਆ ਹਨਾ ਵੀ ਆਪਾਂ ਐ ਕਹਿ ਸਕਦੇ ਆ ਵੀ ਇਹ ਤੋਂ ਤਾਂ ਉਮੀਦ ਹੀ ਕੀਤੀ ਜਾ ਸਕਦੀ ਆ ਵੀ ਸਾਣ ਪੁੱਤ ਜੰਮੂਗੀ ਹਾਂਜੀ 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 ਵੀ ਵੱਡੀ ਖੁੱਲੀ ਘੋੜੀ ਹਾਂਜੀ ਹਰੇਕ ਬੰਦਾ ਪੁੱਛਦਾ ਜੀ ਇਹਨੇ ਬਸ਼ੀਰਾ ਨਹੀਂ ਦਿੱਤਾਗਾ ਤੇ ਬਾਈ ਮਾੜਾ ਮੋਟਾ ਵੇਚ ਖਰੀਦ ਦਾ ਕੰਮ ਵੀ ਕਰ ਲੈਨੇ ਆ ਕਿ ਬਸ ਸ਼ੌਂਕ ਨੂੰ ਜਾਨਵਰ ਰੱਖੇ ਆ ਨਹੀਂ ਜੀ ਵੇਚ ਖਰੀਦ ਦਾ ਨਹੀਂ ਕਰਦੇ ਸ਼ੌਂਕ ਨਹੀਂ ਰੱਖਿਆ ਜੀ ਬਸ ਜਿੰਨੇ ਕ ਹੈਗੇ ਆ ਤੇ ਆਪਣੇ ਕੋਲ ਹੀ ਆ ਹਾਂਜੀ ਹਾਂਜੀ ਜਿਹੜੇ ਪੈਦਾ ਹੋ ਜਾਂਦੇ ਆ ਜਿਵੇਂ ਘਰੇ ਆਪਾਂ ਨੂੰ ਲੱਗਦਾ ਕਿ ਆ ਓਵਰ ਹੋ ਰਿਹਾ ਉਵੇਂ ਵੇਚ ਦਿੰਦੇ ਆ ਉਵੇਂ ਵੇਚ ਦਿੰਦੇ ਆ ਜੀ ਹਾਂਜੀ ਵੀ ਆਪਣੇ ਘਰ ਦੀ ਬਰੀਡ ਆ ਜਿਹੜੀ ਉਹ ਵੇਚ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਉਹ ਵਿਛੇਰਾ ਬਾਈ ਉਹ ਸਾਨ ਬਣਾਉਣ ਲਈ ਰੱਖੋਗੇ ਕਿ ਵੇਚੋਗੇ ਉਹ ਜੀ ਹਜੇ ਰੱਖਿਆ ਵਾ ਹਜੇ ਕੋਈ ਉਹਦੀ ਸਕੀਮ ਨਹੀਂ ਅੱਛਾ ਹਜੇ ਸਕੀਮ ਨਹੀਂ ਕੋਈ ਫਿਲਹਾਲ ਆਪਣੇ ਕੋਲੇ ਉਹਨੂੰ ਸਾਂਭ ਹੀ ਰਹੇ ਹਾਂ ਹਾਂ ਸਾਂਭ ਹੀ ਰਹੇ ਤੇ ਬਾਈ ਕੁਲਵਿੰਦਰ ਜਿਹੜੀ ਇੱਕ ਘੋੜੀ ਵਿਛੇਰੇ ਦੇ ਮਗਰਲੇ ਪਾਸੇ ਖੜੀ ਆ ਤੁਹਾਨੂੰ ਦਰਸ਼ਕੋ ਸਕਰੀਨ ਦੇ ਉੱਪਰ ਦਿਸ ਰਹੀ ਆ ਘੋੜੀ ਤੁਰੀ ਫਿਰਦੀ ਉਹ ਘੋੜੀ ਬਾਈ ਉਹ ਘੋੜੀ ਜੀ ਆਪਾਂ ਲਈ ਸੀ ਆਈ ਪਿੰਡ ਚੋਂ ਹੀ ਲਈ ਸੀ ਜੀ ਅੱਛਾ ਆਪਣੇ ਰੋਕਿਆਂ ਤੋਂ ਹਾਂਜੀ ਠੀਕ ਆ ਉਹ ਕਿੰਨੇ ਚਿਰ ਦੀ ਆ ਉਹ ਹੋ ਗਈ ਉਹ ਘੋੜੀ 7 ਸਾਲ ਦੀ ਉਹ ਹੁਣ ਉਹ ਗੱਬਣਾ ਘੋੜੀ ਹਾਂਜੀ ਹੁਣ ਗੱਬਣਾ ਕੀ ਤੋਂ ਗੱਬਣਾ ਉਹ ਹੁਣ ਹੈਗੀ ਆ ਜੀ ਸਾਡੇ ਪਿੰਡ ਹੀ ਆ ਘੋੜਾ ਹਰਚਰਨ ਕਿਲੇ ਵਾਲੇ ਕੋਲ ਮਿੰਟੂ ਵਾਲੇ ਦਾ ਬੱਚਾ ਅੱਛਾ ਅੱਛਾ ਆਪਣੇ ਰੌਕਿਆਂ ਦੇ ਵਿੱਚ ਰੌਕਿਆਂ ਦੇ ਵਿੱਚ ਹੀ ਹਾਂਜੀ ਅੱਛਾ ਮੈਨੂੰ ਤੁਹਾਡੇ ਤੋਂ ਪਤਾ ਚੱਲ ਉਹ ਬਾਈ ਜੀ ਘੋੜਾ ਵੱਤ ਦੀ ਉਮਰ ਦਾ ਯਾ ਛੱਡਦਾ ਨਹੀਂ ਸੀ ਘੋੜਾ ਲੋਕਡਾਊਨ ਹੋ ਗਿਆ ਉਹਦੇ ਨਾਲ ਲਿਆ ਜੀ ਇੰਨੀ ਆ ਬਸ ਉਹਨੂੰ ਘੋੜਾ ਛੱਡਣਾ ਪਿਆ ਘੋੜੀ ਠੀਕ ਆ ਵੀ ਆਪਾਂ ਘੋੜੀ ਦੂਰ ਲਿਜਾ ਨਹੀਂ ਸਕਦੇ ਹਾਂਜੀ ਦੂਰ ਲਿਜਾ ਨਹੀਂ ਸਕਦੇ ਘੋੜਾ ਬਹੁਤ ਚੰਗਾ ਜੀ ਠੀਕ ਹੈ ਠੀਕ ਹੈ ਠੀਕ ਆ ਤੇ ਉਹ ਤੇ ਉਹਦੇ ਮਗਰ ਇੱਕ ਬਸ਼ੇਰਾ ਕਾਲੀਆਂ ਜੀਆਂ ਜਾਦਾਂ ਵਾਲਾ ਹਾਂਜੀ ਉਹ ਮੈਂਟੂ ਵਾਲੇ ਰੋਡ ਵਾਲੇ ਘੋੜੇ ਦਾ ਬੱਚਾ ਜੀ ਉਹਦੇ ਪਹਿਲਾਂ ਬਾਈ ਬਾਲੀ ਸੀ ਫੁਲਕਾਰੀ ਹਾਂਜੀ ਪਹਿਲਾਂ ਬਹੁਤ ਸੀ ਉਹ ਘਟ ਰਹੀ ਆ ਹੁਣ ਬਹੁਤ ਘਟ ਗਈ ਜੀ ਬਹੁਤ ਘਟ ਗਈ 100 ਚੋਂ 20% ਹੀ ਰਹਿ ਗਈ ਜੀ ਅੱਛਾ ਪਹਿਲਾਂ ਇਦੋਂ ਵੀ ਬਾਲੀ ਸੀ ਹਾਂਜੀ ਇਦੋਂ ਵੀ ਬਾਲੀ ਸੀ ਤੇ ਹੁਣ ਘਟੀ ਜਾਂਦੀ ਹੈ ਹਾਂਜੀ ਦਿਨੋਂ ਦਿਨ ਘਟੀ ਜਾਂਦੀ ਹੈ ਵੀ ਮਤਲਬ ਕਹਿਣ ਤੋਂ ਬਾਅਦ ਉਹ ਕਿੰਨੀ ਉਮਰ ਹੋ ਗਈ ਉਹਦੀ ਉਹ 6 ਮਹੀਨਿਆਂ ਦਾ ਹੋ ਗਿਆ ਜੀ 6 ਮਹੀਨਿਆਂ ਦਾ ਹੋ ਗਿਆ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਉਹ ਹਜੇ ਹੋ ਗਿਆ 5-6 ਮਹੀਨਿਆਂ ਦਾ ਬਸ਼ੇਰਾ ਹੋ ਗਿਆ ਹਾਂਜੀ 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 ਹੁਣ ਉਹਦੀ ਫੁਲਕਾਰੀ ਘਟ ਰਹੀ ਹੈ ਬਹੁਤ ਘਟ ਗਈ ਜੀ ਬਹੁਤ ਘਟ ਗਈ ਠੀਕ ਆ ਵੀ ਮਤਲਬ ਉਹ ਕਹਿਣ ਤੋਂ ਬਾਅਦ ਸਾਲਕ ਦੇ ਵਿੱਚ ਸਾਫ਼ ਹੋ ਜਾਊਗਾ ਹਾਂਜੀ ਪਹਿਲਾਂ ਹੀ ਹੋ ਜੂ ਸਾਫ਼ ਜੀ ਠੀਕ ਆ ਬਾਈ ਠੀਕ ਆ ਬਹੁਤ ਚੰਗਾ ਲੱਗਿਆ ਬਾਈ ਜੀ ਮਿਲ ਕੇ ਤੁਹਾਡੇ ਸਾਰੇ ਜਾਨਵਰ ਦੇਖਦੇ ਆਪਾਂ ਬਾਹਰ ਕੱਢ ਕੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਵੀਰੇ ਤੁਸੀਂ ਸਮਾਂ ਦਿੱਤਾ ਸਾਡੇ ਚੈਨਲ ਨੂੰ ਬੜਾ ਧੰਨਵਾਦ ਆ ਤੁਹਾਡਾ ਦਾ ਵੀ ਧੰਨਵਾਦ ਜਿਹੜਾ ਟਾਈਮ ਕੱਢ ਕੇ ਆਏ ਜੀ ਹਾਂ ਨੇੜੇ ਆਉਣਾ ਔਖਾ ਹੁੰਦਾ ਦੂਰ ਜਾਣਾ ਸੱਚੀ ਗੱਲ ਆ ਦੋਸਤੋ ਮੈਂ ਨਾ ਬਾਈ ਹੁਣਾਂ ਨੂੰ ਟਾਈਮ ਦਿੱਤਾ ਸੀ 8 ਵਜੇ ਦਾ ਤੇ ਤਕਰੀਬਨ ਮੈਨੂੰ ਆਉਂਦੇ ਆਉਂਦੇ ਨੂੰ 9 ਵੱਜ ਗਏ ਤੇ ਆਮ ਜਿੱਥੇ ਬਾਈ ਦੇਹਰਾਦੂਨ ਵੀ ਜਾਈਦਾ ਤੇ ਜਿੰਨਾ ਟਾਈਮ ਦੇ ਦੇਈਦਾ ਤੇ ਤੁਹਾਨੂੰ ਫੋਨ ਲਾਈ ਨਾਭੇ ਗਏ ਵੇਜਦੇ ਹਾਂ ਤੇ ਉੱਥੇ ਜਿੱਥੇ ਟਾਈਮ ਦੂਰ ਦੇਈਦਾ ਤੇ ਸਗਾਂ ਦੀ ਦੂਰ ਪਹੁੰਚ ਜਾਈਦਾ ਜਲਦੀ ਤੇ ਨੇੜੇ ਜਿਵੇਂ ਕਹਿੰਦੇ ਹੁੰਦੇ ਆ ਵੀ ਨੇੜੇ ਲੇਟ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਬਾਈ ਬਹੁਤ ਚੰਗਾ ਲੱਗਿਆ ਜਾਨਵਰ ਬਹੁਤ ਚੰਗੇ ਸਾਡੇ ਬੱਚੇ ਨੂੰ ਬੜਾ ਪਿਆਰ ਕਰਦੇ ਆ ਹਾਂਜੀ ਆ ਤੁਸੀਂ ਦੇਖੋਗੇ ਨਾ ਮਗਰਲੇ ਪਾਸੇ ਆ ਦੇਖਿਓ ਬੱਚੇ ਦਾ ਤਾਂ ਹੀ ਇਰਾਦਾ ਜੇ ਮੈਂ ਗੱਡੀ 'ਚ ਪਾ ਕੇ ਲਈ ਜਾਵਾਂ ਹਾਂ ਅਸਲ ਦੇ ਵਿੱਚ ਇਹ ਵੀ ਇੱਕ ਕਾਰਨ ਆ ਬਾਈ ਨਾ ਬੱਚੇ ਹੁਣ ਨਾ ਘੋੜਿਆਂ 'ਚ ਰਹਿੰਦੇ ਆ ਹਾਂਜੀ ਜੇ ਜਦੋਂ ਨਾ ਇਹ ਤਜਰਬਾ ਹੈ ਬਾਈ ਕੁਲਵਿੰਦਰ ਮੇਰਾ ਹਾਂਜੀ ਕਿ ਘੋੜਿਆਂ ਵਾਲਿਆਂ ਦੇ ਘਰੇ ਜਿਹੜੇ ਬੱਚੇ ਉਹ ਦਲੇਰ ਹੋ ਜਾਂਦੇ ਹਾਂਜੀ ਹਾਂਜੀ ਡਰਨੋ ਜੇ ਹਟ ਜਾਂਦੇ ਦੂਜੇ ਦਾ ਬੱਚੇ ਨੂੰ ਕਿਸੇ ਨੂੰ ਨੇੜੇ ਕਰਦੇ ਜੇ ਉਹਦਾ ਦੂਰ ਨੂੰ ਜਾਂਦਾ ਉਹਦਾ ਮਾਰ ਚੀਕਾਂ ਹੀ ਐ ਭਾਰਾ ਜਾ ਹੀ ਹੋਈ ਜਾਊ ਜਵਾਕ ਜਿਵੇਂ ਘੋੜੇ ਹੋਣ ਕੇ ਫੜਨ ਜਾਂਦਾ ਉਹਨੂੰ ਵੀ ਬੱਚੇ ਦਲੇਰ ਹੋ ਜਾਂਦੇ ਹਨ ਪੂਰਾ ਹੀ ਦਲੇਰ ਹੋਇਆ ਬਾਜੀ ਮੈਂ ਯਾਰ ਬਾਈ ਮੱਲਿਆਣੇ ਵਾਲੇ ਦੇ ਘਰੇ ਗਿਆ ਸੀ ਤੁਸੀਂ ਵੀ ਆਉਂਦਿਆਂ ਤੋਂ ਜ਼ਿਕਰ ਕੀਤਾ ਹਾਂਜੀ ਹਾਂਜੀ ਉਹਦੀ ਭਾਣਜੀ ਆ ਬਾਈ ਦੀ ਮੱਲਿਆਣੇ ਵਾਲੇ ਹਾਂਜੀ ਉਹ ਘਰੇ ਪਹਿਲਾਂ ਤਾਂ ਘੋੜੀਆਂ ਘਾੜੀਆਂ
ਤੇ 10-10 ਕਿਲੋਮੀਟਰ ਘੋਰੀ ਤੋੜ ਦਿੰਦੀ ਹੈ। ਠੀਕ ਹੈ ਜੀ। ਤੇ ਨਾਲੇ ਤੋੜਦੀ ਵੀ ਕਮਾਲ ਆ। ਹਾਂਜੀ। ਇੱਕ ਦਿਨ ਤਾਂ ਮੈਂ ਵੀਡੀਓ ਵੀ ਪਾਈ ਸੀ, ਸ਼ਾਇਦ ਤੁਸੀਂ ਦੇਖੇ, ਘੋੜੀ ਤੋੜਦੀ ਆ ਕੁੜੀ ਉਹ। ਹਾਂਜੀ। ਤੇ ਕਮਾਲ ਤੋੜਦੀ ਆ, ਮਤਲਬ ਘੋੜਿਆਂ ਵਾਲਿਆਂ ਦੇ ਬੱਚੇ ਆ ਜਿਹੜੇ ਦਲੇਰ ਬਹੁਤ ਹੋ ਜਾਂਦੇ। ਹਾਂਜੀ, ਉਹ ਫਿਰ ਘਰੇ ਉਵੇਂ ਗਿੱਜ ਜਾਂਦੇ ਆ ਜੀ ਬੱਚੇ। ਹਾਂ, ਉਹ ਕਿੱਥੇ ਹੁਣ ਨਾ ਬਾਈ, ਪਤਾ ਚੱਕਰ ਕੀ ਆ, ਹੁਣ ਜ਼ਮਾਨਾ ਇਹੋ ਜਿਹਾ ਹੋ ਗਿਆ ਬਾਈ ਕੁਲਵਿੰਦਰ, ਵੀ ਬੱਚੇ ਨਾ ਆਪਣੇ ਮੋਬਾਈਲ ਮੂਲਾਂ ਦੇ ਹੀ ਮਤਲਬ ਦਾਲੇ ਪਦਾਲੇ ਟੀਵੀ ਟੂਵੀ ਦੇ ਘੁੱਕੀ ਜਾਂਦੇ। ਹਾਂਜੀ। ਤੇ ਜੇ ਘੋੜਿਆਂ ਵਾਲਿਆਂ ਦੇ ਬੱਚੇ ਦੇਖਣਾ ਹੋਵੇ ਤਾਂ ਫੜ ਕੇ ਲਿਆਉਣੇ ਪੈਂਦੇ ਆ ਘੋੜੀ ਵਾਲੇ ਖਾਨੇ ਚੋਂ। ਇੱਧਰ ਹੀ ਰਹਿੰਦਾ ਜੀ ਇਹ ਵੀ, ਮਸਾਂ ਲੈ ਜਾਈਦਾ ਰਾਤ ਨੂੰ ਜੀ। ਆਈ ਆ ਸਹੀ ਗੱਲ। ਵੈਸੇ ਸ਼ੌਕ ਚੰਗਾ। ਹਾਂਜੀ ਹਾਂਜੀ, ਉਹ ਤਾਂ ਗੱਲ। ਤੁਸੀਂ ਬਹੁਤ ਚੰਗੇ ਜਾਨਵਰ ਪਾਲ ਰਹੇ ਆ ਬਾਈ, ਧੰਨਵਾਦ ਤੁਹਾਡਾ ਬੜਾ। ਠੀਕ ਆ। ਤੇ ਬਾਈ ਜਿਉਂਦੇ ਰਹੋ, ਬਾਈ ਦੇ ਜਾਨਵਰ ਕਿਹੋ ਜਿਹੇ ਲੱਗੇ ਇਹ ਵੀ ਦੱਸਿਓ। ਬਾਈ ਦਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰਲੇ ਪਾਸੇ ਚੱਲਦਾ ਨਜ਼ਰ ਆ ਰਿਹਾ, ਅਤੇ ਬਾਈ ਨੂੰ ਤੁਸੀਂ ਫੋਨ ਕਰ ਸਕਦੇ ਆ। ਜਿਉਂਦੇ ਵਾਸਤੇ ਰਹੋ, ਬਹੁਤ ਬਹੁਤ ਧੰਨਵਾਦ। ਇੰਨਾ ਸਮਾਂ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ ਸੱਜਣੋ। ਆ ਤੁਹਾਨੂੰ ਦੁਬਾਰਾ ਫਿਰ ਫਾਰਮ ਦੀਆਂ, ਬਾਈ ਰੌਕੇ ਵਾਲਿਆਂ ਦੇ ਫਾਰਮ ਦੀਆਂ ਕੁਝ ਝਲਕਾਂ ਦਿਖਾ ਦਿੰਦੇ ਹਾਂ। ਜੇ ਕੋਈ ਕਸਰ ਰਹਿ ਗਈ ਹੋਵੇ ਤਾਂ ਸੱਜਣੋ ਆ ਲਓ, ਆਪਾਂ ਪੂਰੀ ਕਰ ਦਿੰਦੇ ਹਾਂ। ਜਾਨਵਰ ਬਾਈ ਹੁਣਾਂ ਨੇ ਰੱਖਿਆ, ਸ਼ੌਕ ਨਾਲ ਰੱਖਿਆ, ਮਿਹਨਤੀ ਬੰਦੇ ਆ, ਮਿਹਨਤ ਵੀ ਕਰਦੇ ਆ ਖੇਤੀਬਾੜੀ ਦੇ ਵਿੱਚ, ਦੱਬ ਕੇ ਕਰਦੇ ਆ। ਬਾਈ ਹੁਣਾਂ ਨੇ ਜਿਹੜੀਆਂ ਗੱਲਾਂ ਆਫ ਦਾ ਰਿਕਾਰਡ ਦੱਸੀਆਂ ਕਿ ਬਾਈ ਕੰਮ ਵੀ ਦਿਨ ਰਾਤ ਕਰਦੇ ਆ ਅਤੇ ਫਿਰ ਸ਼ੌਕ ਵੀ ਪਾਲੀ ਦਾ। ਜਿੰਨਾ ਕੰਮ ਦਾ ਬਾਈ ਹੁਣੀ ਕਹਿੰਦੇ ਥਕੇਵਾਂ ਹੁੰਦਾ, ਫਿਰ ਉਹ ਜਦੋਂ ਇਹਨਾਂ 'ਚ ਵੜ ਜਾਈਦਾ, ਇਹਨਾਂ ਨੂੰ ਸਾਫ਼ ਸਫਾਈ ਕਰਨ ਲੱਗ ਜਾਈਦਾ ਆ, ਇਹਨਾਂ ਨੂੰ ਭਜਾ ਭਜੂ ਲਈਦਾ, ਇਹਨਾਂ ਦੇ ਖਰ ਖਰਾ ਮਾਰ ਲਈਦਾ, ਤਾਂ ਫਿਰ ਸਾਰਾ ਥਕੇਵਾਂ ਲੈ ਜਾਂਦਾ। ਬਾਈ ਹੁਣਾਂ ਕੋਲ ਤਜਰਬਾ ਘੋੜਿਆਂ ਨੂੰ ਸਾਂਭਣ ਦਾ, ਆਪਾਂ ਇਹ ਕਹਿ ਸਕਦੇ ਹਾਂ 20-25 ਸਾਲ ਦਾ ਤਜਰਬਾ ਹੈਗਾ। ਨਿਆਣੇ ਹੁੰਦੇ ਤੋਂ ਹੀ ਇਸੇ ਕੰਮ 'ਚ ਹੀ ਬੜੇ ਹੋਏ ਆ। ਅਤੇ ਜੇ ਕੋਈ ਤਜਰਬਾ ਸੱਜਣਾ ਨੇ ਸਾਂਝਾ ਕਰਨਾ ਹੋਵੇ ਉਹਨਾਂ ਦੇ ਨਾਲ, ਤਾਂ ਵੀ ਤੁਸੀਂ ਫੋਨ ਕਰ ਸਕਦੇ ਆ। ਜੇ ਤੁਹਾਨੂੰ ਬਾਈ ਹੁਣਾਂ ਦੀ ਸੰਭਾਈ ਚੰਗੀ ਲੱਗੀ ਹੋਵੇ, ਜਾਨਵਰਾਂ ਦੀ ਸਿਹਤ ਚੰਗੀ ਲੱਗੀ ਹੋਵੇ, ਜਾਂ ਜਾਨਵਰਾਂ ਦੇ ਸਰੀਰਕ ਬਣਤਰਾਂ ਸੋਹਣੀਆਂ ਲੱਗੀਆਂ ਹੋਣ ਕਿ ਹਾਂ ਬੰਦੇ ਵਧੀਆ ਬਰੀਡ 'ਤੇ ਕੰਮ ਕਰ ਰਹੇ ਆ, ਸੋਹਣੀ ਪੰਜਾਬ ਦੀ ਆਲਾ ਬਰੀਡ 'ਤੇ ਕੰਮ ਕਰ ਰਹੇ ਆ, ਤਾਂ ਬਾਈ ਫਿਰ ਫੋਨ ਕਰਕੇ ਘੰਟੀ ਮਾਰ ਕੇ ਮਾੜਾ ਜਿਹਾ ਹੌਸਲਾ ਦੇ ਦਿਓ ਬੰਦੇ ਨੂੰ। ਹੋਰ ਬੰਦੇ ਦੇ ਖੰਭ ਤਾਂ ਹੁੰਦੇ ਨਹੀਂ ਗੇ, ਬੰਦਾ ਹੌਸਲਿਆਂ ਨਾਲ ਹੀ ਉੱਡਦਾ। ਅਕਸਰ ਹੀ ਸਿਆਣੇ ਕਹਿ ਦਿੰਦੇ ਆ ਕਿ ਬੰਦੇ ਦੇ ਖੰਭ ਨਹੀਂ ਹੁੰਦੇ, ਜੋ ਵੀ ਚੀਜ਼ ਹੁੰਦੀ ਆ ਉਹ ਹੌਸਲਾ ਹੀ ਹੁੰਦਾ ਜਿਹੜਾ ਬੰਦੇ ਨੂੰ ਉੱਡਣ ਲਈ ਪ੍ਰੇਰਦਾ। ਮੈਂ ਵੀ ਜਿੱਥੇ ਵੀ ਜਾਂਦਾ ਤਾਂ ਉੱਥੇ ਜੇ ਆਪਣਾ ਸਾਜੋ ਸਮਾਨ ਲੈ ਕੇ ਜਾਂਦਾ, ਪ੍ਰੀਤ ਵਰਗਿਆਂ ਨੂੰ ਨਾਲ ਲੈ ਕੇ ਜਾਂਦਾ ਜਾਂ ਗੱਡੀ ਲੈ ਕੇ ਜਾਂਦਾ, ਉੱਥੇ ਤੁਹਾਡਾ ਦਿੱਤਾ ਹੋਇਆ ਹੌਸਲਾ ਅਤੇ ਇਹ ਜਾਨਵਰਾਂ ਦਾ ਦਿੱਤਾ ਹੋਇਆ ਪਿਆਰ ਲੈ ਕੇ ਜਾਂਦਾ। ਇਹ ਚੀਜ਼ ਮੇਰੇ ਸਦਾ ਦਿਲ 'ਚ ਰਹੂਗੀ, ਸਦਾ ਰਹਿਣੀ ਆ ਸੱਜਣੋ ਤੁਹਾਡਾ। ਤੁਸੀਂ ਇੰਨੀ ਮੁਹੱਬਤ ਦਿੰਦੇ ਆ, ਜਿਉਂਦੇ ਵੱਸਦੇ ਰਹੋ। ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਮਿਲਦਾ ਸੱਜਣੋ ਇਸ ਫੀਲਡ ਦੇ ਵਿੱਚੋਂ ਮੈਨੂੰ। ਜਿਉਂਦੇ ਰਹੋ, ਐਨ ਸਵਾਦ ਆ ਜਾਂਦਾ। ਧੰਨਵਾਦ ਸੱਜਣੋ।